प्यारे बच्चों मैं ਤੁਹਾਡੀ ਪੰਜਾਬੀ ਦੀ ਅਧਿਆਪਕਾ ਅੱਜ ਤੁਹਾਨੂੰ ਪੰਜਾਬੀ ਵਿੱਚ ਫੀਸ ਮਾਫੀ ਲਈ ਮੁਖ ਅਧਿਆਪਕਾ ਜੀ ਨੂੰ ਬਿਨੈ ਪੱਤਰ ਕਰਾਉਣ ਜਾ ਰਹੀ ਹਾਂ ਤਾਂ ਬੱਚੋ ਸਭ ਤੋਂ ਪਹਿਲੇ ਅਸੀਂ ਲਿਖਣਾ ਹੈ ਸੇਵਾ ਵਿਖੇ ਜਿਸ ਨੂੰ ਇਹ ਪੱਤਰ ਲਿਖਿਆ ਜਾ ਰਿਹਾ ਹੈ ਮੁਖ ਅਧਿਆਪਕਾ ਜੀ ਫਿਰ ਆਪਣੇ ਸਕੂਲ ਦਾ ਨਾਮ ਜੋਤੀ ਪਬਲਿਕ ਸਕੂਲ ਫਿਰ ਆਪਣੇ ਸ਼ਹਿਰ ਦਾ ਨਾਮ ਜਲੰਧਰ ਸ਼ਹਿਰ ਸ਼੍ਰੀਮਤੀ ਜੀ ਹੁਣ ਆਪਾਂ ਬਿਨਾਂ ਬੱਤ ਲਿਖਾਂਗੇ ਬੇਨਤੀ ਇਹ ਹੈ ਕਿ ਮੈਂ ਆਪਜੀ ਦੇ ਸਕੂਲ ਤੀਜੀ ਜਮਾਤ ਵਿੱਚ ਪੜਦੀ ਹਾਂ ਜਾਂ ਪੜਦਾ ਹਾਂ ਮੇਰੇ ਪਿਤਾ ਜੀ ਸ਼ਹਿਰ ਵਿੱਚ ਮਜ਼ਦੂਰੀ ਕਾਟੇ ਹਨ ਉਹਨਾਂ ਦੀ ਆਮਦਨ ਬਹੁਤ ਹੀ ਘੱਟ ਹੈ ਅਸੀਂ ਤਿੰਨ ਫੈਨ ਪਰ ਆਹਾਂ ਜਿਸ ਕਰਕੇ ਸਾਡੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੜਦਾ ਹੈ ਇਸ ਲਈ ਮੇਰੇ ਪਿਤਾ ਜੀ ਮੇਰੀ ਫੀਸ ਨਹੀਂ ਦੇ ਸਕਦੇ ਹਨ ਪਰ ਮੈਨੂੰ ਪੜਾਈ ਦਾ ਬਹੁਤ ਹੀ ਸ਼ੌਕ ਹੈ ਕਿਰਪਾ ਕਰਕੇ ਮੇਰੀ ਪੂਰੀ ਫੀਸ ਮਾਫ ਕਰ ਦਿੱਤੀ ਜਾਵੇ ਧੰਨਵਾਦ ਆਪ ਜੀ ਦਾ ਆਗਿਆਕਾਰੀ ਹੁਣ ਇੱਥੇ ਬੱਚਿਓ ਤੁਸੀਂ ਆਪਣਾ ਨਾਂ ਲਿਖਣਾ ਹੈ ਠੀਕ ਹੈ ਔਰ ਐ ਪਿਨੇ ਪੱਤਰ ਤੁਸੀਂ ਆਪਣੀ ਕਾਪੀਆਂ ਤੇ ਲਿਖਣਾ ਤੇ ਯਾਦ ਕਰਨਾ ਹੈ ਬਾਏ ਹੈਵ ਅ ਨਾਈਸ ਡੇ ਗੁੱਡ ਬਾਏ एवरीवन